ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਪੰਜਾਬ ਸਰਕਾਰ ਵਿੱਚ ਚਾਰ ਮੰਤਰੀਆਂ ਦੀ ਛੁੱਟੀ ਦੀ ਵਜ੍ਹਾ ਆਈ ਸਾਹਮਣੇ ਮਜੀਠੀਆ ਦੀ ਮੁੱਖ ਮੰਤਰੀ ਨੂੰ ਚੁਣੌਤੀ ਆਪ ਦਾ ਅਕਾਲੀ ਦਲ ਤੇ ਹਮਲਾ ਇੱਕ ਪਰਿਵਾਰ ਦੀ ਪਾਰਟੀ ਇੰਜਣ ਬਦਲਣ ਦੀ ਰੋੜ 3 ਸਾਲ ਬਾਅਦ 1158 ਸਹਾਇਕ ਪ੍ਰੋਫੈਸਰਾਂ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਸਿੱਖਿਆ ਮੰਤਰੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੇ ਪ੍ਰਗਟਾਈ ਖੁਸ਼ੀ 29 ਸਾਲਾਂ ਬਾਅਦ ਮਿਲਿਆ ਭੈਣ ਨੂੰ ਭਰਾ ਦੀ ਮੌਤ ਦਾ ਇਨਸਾਫ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਅਤੇ ਇਸ ਸਰਕਾਰ ਨੇ ਆਪਣੇ 2.5 ਸਾਲ ਪੂਰੇ ਕੀਤੇ ਐ ਅਤੇ ਚੌਥੀ ਵਾਰ ਉਹਨਾਂ ਨੇ ਆਪਣੀ ਕੈਬਨਟ ਵਿੱਚ ਬਦਲਾ ਕੀਤਾ ਹੈ। ਪੰਜ ਨਵੇਂ ਮੰਤਰੀ ਅੰਦਰ ਕਰ ਦਿੱਤੇ ਅਤੇ ਚਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਪੰਜ ਜਿਹੜੇ ਨਵੇਂ ਮੰਤਰੀ ਆ ਉਹਨਾਂ ਵਿੱਚ ਤਰਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਹਰਦੀਪ ਸਿੰਘ ਮੁੰਡੀਆਂ, ਡਾਕਟਰ ਰਵਜੋਤ ਸਿੰਘ ਅਤੇ ਮਹਿੰਦਰ ਭਗਤ ਇਹਨਾਂ ਨੇ ਆਪੋ ਆਪਣੇ ਅਹੁਦੇ ਸੰਭਾਲ ਲਈ ਐ। ਇਹਨਾਂ ਤੋਂ ਪਹਿਲੇ ਜਿਹੜੇ ਚਾਰ ਮੰਤਰੀ ਸੀ ਅਤੇ ਨਾਲ ਮੁੱਖ ਮੰਤਰੀ ਦੇ ਜਿਹੜੇ OSD ਓੰਕਾਰ ਸਿੰਘ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤਿੰਨ ਹਲਕਿਆਂ ਤੋਂ ਜਿੱਤ ਦਰਜ ਕਰ ਚੁੱਕੀ ਸੀ। ਪਰ ਵੱਡੀ ਜਿੱਤ ਜਿਸ ਦੀ ਉਮੀਦ ਸੀ ਸ਼ਾਇਦ ਉਹ ਉਹਨਾਂ ਨੂੰ ਹਾਸਲ ਨਾ ਹੋ ਸકી। ਪੰਜਾਬ ਦਾ ਮੰਤਰੀ ਮੰਡਲ ਕਿਉਂ ਬਦਲਿਆ ਗਿਆ ਹੈ? ਕਈ ਇਸੇ ਅਸਲ ਦੇ ਵਿੱਚ ਢੰਗ ਵਿੱਚ ਵੇਖ ਰਹੇ ਨੇ ਕਿ ਉਹ ਕਾਰਨ ਇਹਨਾਂ ਮੰਤਰੀਆਂ ਤੇ ਗਾਜ ਡਿੱਗੀ ਹੈ। ਪੰਜਾਬ ਦੇ ਵਿੱਚ 18 ਮੰਤਰੀ ਬਣ ਸਕਦੇ ਆ। ਪੰਜ ਨਵੇਂ ਵਧਾਇਕਾਂ ਨੂੰ ਸੌਂਚਕਾਉਣ ਤੋਂ ਬਾਅਦ ਕੁੱਲ ਗਿਣਤੀ ਇਹ 16 ਹੋਈ ਹੈ। ਭਾਵ ਦੋ ਮੰਤਰੀਆਂ ਦੀ ਥਾਂ ਹਾਲੇ ਵੀ ਬਾਕੀ ਹੈ ਜੇਕਰ ਬਣਾਉਣੇ ਹੋਣ ਤਾਂ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਾਰੇ ਮੰਤਰੀਆਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਅਤੇ ਪੰਜਾਬ ਰਾਜ ਭਵਨ ਚੰਡੀਗੜ੍ਹ ਦੇ ਵਿੱਚ ਨਵੇਂ ਮੰਤਰੀਆਂ ਨੂੰ ਸੌਂਚਕਵਾਈ ਗਈ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਦਾ ਉਹਨਾਂ ਨੇ ਪ੍ਰਣਨ ਵੀ ਲਿਆ। ਸਾਰੇ ਨਵਰੀਯੁਕਤ ਮੰਤਰੀਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ। ਉਹ ਕਹਿੰਦੇ ਮੈਨੂੰ ਉਮੀਦ ਹੈ ਕਿ ਨਵੇਂ ਮੰਤਰੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਪੰਜਾਬ ਦੇ 3 ਕਰੋੜ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਆਪਣਾ ਯੋਗਦਾਨ ਪਾਉਣਗੇ ਹੁਣ ਮਹਿੰਦਰ ਭਗਤ ਜਿਹੜੇ ਜ਼ਿਮਨੀ ਚੌੜ ਵਿੱਚ ਜਿੱਤੇ ਸੀ ਉਹਨਾਂ ਨੂੰ ਅਸਲ ਦੇ ਵਿੱਚ ਮੰਤਰੀ ਦਾ ਅਹੁਦਾ ਦੇਣ ਦੇ ਸਬੰਧਤ ਚੋਣਾ ਤੋਂ ਪਹਿਲਾਂ ਹੀ ਸੰਕੇਤ ਦੇ ਦਿੱਤੇ ਗਏ ਸੀ ਮਹਿੰਦਰ ਭਗਤ ਪੇਸ਼ੇ ਤੋਂ ਇੱਕ ਬਿਜ਼ਨਸਮੈਨ ਨੇ ਤੇ ਉਹਨਾਂ ਦੇ ਪਿਤਾ ਭਗਤ ਚੁੰਨੀ ਲਾਲ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਰਹੇ ਜਲੰਧਰ ਪੱਛਮੀ ਜਿਮਨੀ ਚੌਂਂ ਦੇ ਵਿੱਚ ਜ਼ਬਰਦਸਤ ਜਿੱਤ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਆਖਿਆ ਜਾ ਸਕਦਾ ਕਿ ਇਹ ਤੋਹਫਾ ਮਿਲਿਆ ਹੈ ਦੱਸਣਾ ਬਣਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਜਿਮਨੀ ਚੌਂਂ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਮਹਿੰਦਰ ਭਗਤ ਨੂੰ ਵਿਧਾਇਕ ਬਣਾ ਦਿੱਤਾ ਜਾਂਦਾ ਤਾਂ ਉਹ ਉਹਨਾਂ ਨੂੰ ਮੰਤਰੀ ਬਣਾ ਦੇਣਗੇ ਇਹ ਆਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਦੂਸਰੇ ਮੰਤਰੀ ਬਣੇ ਨੇ ਹਰਦੀਪ ਸਿੰਘ ਮੁੰਡੀਆਂ ਇਹ ਸਾਹਨੇਵਾਲ ਤੋਂ ਵਿਧਾਇਕ ਨੇ ਪੇਸ਼ੇ ਤੋਂ ਇਹ ਵੀ ਬਿਜ਼ਨਸਮੈਨ ਨੇ ਲੁਧਿਆਣਾ ਤੋਂ ਸਰਕਾਰ ਦੇ ਵਿੱਚ ਅਦਾਰਸਲ ਕੋਈ ਮੰਤਰੀ ਨਹੀਂ ਸੀ ਜਦੋਂ ਕਿ ਕੇਂਦਰ ਦੇ ਵਿੱਚ ਭਾਜਪਾ ਨੇ ਰਵਨੀਤ ਮਿੱਟੂ ਨੂੰ ਹਾਰਨ ਤੋਂ ਬਾਅਦ ਵੀ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਇਸੇ ਲਈ ਹੋ ਸਕਦਾ ਕਿ ਉਹਨਾਂ ਨੂੰ ਸਰਕਾਰ ਵਿੱਚ ਥਾਂ ਦਿੱਤੀ ਗਈ ਹੋਵੇ। ਬਰਿੰਦਰ ਕੁਮਾਰ ਗੋਇਲ ਲਹਿਰਾ ਗਾਗਾ ਦੀ ਹਾਈ ਪ੍ਰੋਫਾਈਲ ਸੀਟ ਹੈ। ਬਰਿੰਦਰ ਗੋਲ ਨੇ ਇੱਥੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟੜ ਅਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡ ਸਾਨੂੰ ਹਰਾਇਆ ਸੀ। ਸਰਕਾਰ ਦੇ ਵਿੱਚ ਇਸ ਭਾਈਚਾਰੇ ਨੂੰ ਵੀ ਥਾਂ ਦਿੱਤੀ ਗਈ ਹੈ। ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਕਿਉਂਕਿ ਪਹਿਲਾਂ ਵਿਜੇ ਸਿੰਘਲਾ ਮੰਤਰੀ ਸਨ ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਨੂੰ ਸਰਕਾਰ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਤਾਰਣ ਪ੍ਰੀਤ ਸਿੰਘ ਸੌਂਦ ਉਹ ਖੰਨਾ ਤੋਂ ਵਿਧਾਇਕ ਨੇ ਉਹਨਾਂ ਨੇ ਬਿਆਨਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ ਉਹ ਆਪਣੇ ਹਲਕੇ ਦੇ ਵਿੱਚ ਔਰਤਾਂ ਨੂੰ ਫਰੀ ਸਲਾਈ ਦੀ ਸਿੱਖਿਆ ਦੇਣ ਤੋਂ ਬਾਅਦ ਸੁਰੱਖੀਆਂ ਵਿੱਚ ਆਏ ਸੀ ਹੁਣ ਕਰਦੇ ਆ ਡਾਕਟਰ ਰਵਜੋਤ ਸਿੰਘ ਹਰਾਂ ਦੀ ਗੱਲ ਸ਼ਾਮ 84 ਤੋਂ ਉਹ ਵਿਧਾਇਕ ਨੇ ਐਮ ਡੀ ਕੀਤੀ ਹੋਈ ਹੈ ਭਾਵ ਉਹ ਮੈਡੀਕਲ ਦੇ ਵਿੱਚ ਨਪੁੰਸਨ ਹਨ ਮੈਡੀਸਨ ਦੇ ਨਾਲ ਉਹਨਾਂ ਦੀ ਬੈਕਗ੍ਰਾਉਂਡ ਹੈ ਅਨਸੂਚਿਤ ਜਾਤੀ ਪੰਜਾਬ ਦੇ ਨਾਲ ਉਹ ਸੰਬੰਧਿਤ ਰੱਖਦੇ ਹੈ ਤੇ ਦੁਆਬਾ ਹਲਕੇ ਦੀਆਂ 18 ਸੀਟਾਂ ਦੇ ਵਿੱਚ ਅਨੁਸੂਚਿਤ ਜਾਤੀ ਦਾ ਅਹਿਮ ਰੋਲ ਰਹਿੰਦਾ ਹੈ ਜਿੰਪਾ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਹੁਸ਼ਿਆਰਪੁਰ ਨੂੰ ਨਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੁਆਬੇ ਦੇ ਵਿੱਚੋਂ ਉਹਨਾਂ ਨੂੰ ਨਮਾਇੰਦਗੀ ਦਿੱਤੀ ਗਈ ਹੈ ਹੁਣ ਜਿਹੜੇ ਚਾਰ ਮੰਤਰੀ ਬਾਹਰ ਕੀਤੇ ਗਏ ਐ ਲੋਕਾਂ ਦੇ ਮੂੰਹ ਤੇ ਇੱਕੋ ਇੱਕ ਸਵਾਲ ਹੈ ਕਿ ਉਹ ਵਜ੍ਹਾ ਕੀ ਬਣੀ ਹੋਣੀ ਐ ਕਿਉਂਕਿ ਬਲਕਾਰ ਸਿੰਘ ਹੋਰਾਂ ਨੂੰ 2023 ਦੇ ਵਿੱਚ ਜਲੰਧਰ ਲੋਕ ਸਭਾ ਜਿਮਨੀ ਚੋਣ ਜਦੋਂ ਜਿੱਤੀ ਸੀ ਉਹਦੇ ਤੋਂ ਬਾਅਦ ਕੈਬਨਟ ਦੇ ਵਿੱਚ ਇਨਾਮ ਦੇ ਤੌਰ ਤੇ ਤੋਹਫੇ ਦੇ ਤੌਰ ਤੇ ਸਹਾਰਨ ਦਿੱਤਾ ਗਿਆ ਸੀ ਪਰ 2024 ਦੇ ਵਿੱਚ ਇਥੋਂ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਾ ਕਰ ਸકી ਪਾਰਟੀ ਬਲਕਾਰ ਸਿੰਘ ਤੋਂ ਵਿਧਾਇਕ ਵੀ ਦੱਸਿਆ ਜਾ ਰਿਹਾ ਹੈ ਕਿ ਖੁਸ਼ ਨਹੀਂ ਸੀ ਅਤੇ ਮਜੀਠੀਆ ਦੇ ਵੱਲੋਂ ਕਾਥਿਤ ਅਸ਼ਲੀਲ ਇੱਕ ਸੀੜੀ ਦਾ ਉਹਨਾਂ ਤੇ ਇਲਜ਼ਾਮ ਵੀ ਲਾਇਆ ਗਿਆ ਸੀ ਅਨਮੋਲ ਗगन ਮਾਨ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਵੀ ਉਹਨਾਂ ਦੇ ਹਲਕੇ ਵਿੱਚ ਗੁੱਸਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਉਨ੍ਹਾਂ ਦੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ 8000 ਵੋਟਾਂ ਮਿਲੀਆਂ ਸੀ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਕੁਝ ਅਫਸਰ ਉਨ੍ਹਾਂ ਦੇ ਨਾਂ ਤੇ ਪੈਸਾ ਲੈ ਰਹੇ ਨੇ ਤੇ ਪਰਿਵਾਰ ਵੱਲੋਂ ਹਲਕਾ ਸੰਭਾਲਿਆ ਜਾ ਰਿਹਾ ਸੀ ਤੇ ਇਹਨਾਂ ਕਰਕੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੋਵੇ ਹੁਣ ਗੱਲ ਕਰਦੇ ਹਾਂ ਚੇਤਨ ਸਿੰਘ ਜੋੜਾ ਮਾਜਰਾ ਤੇ ਬ੍ਰਹਮਸ਼ੰਕਰ ਜਿੰਪਾ ਇਹ ਦੋ ਜਿਹੜੇ ਮੰਤਰੀ ਬਾਹਰ ਕੀਤੇ ਗਏ ਆ ਇਹ ਸਾਰਿਆਂ ਨੂੰ ਹੈਰਾਨ ਕਰ ਰਹੇ ਨੇ ਕਿਉਂਕਿ ਦੋਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸੀ ਅਤੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਾਲਤ ਦੀ ਘੜੀ ਦੇ ਵਿੱਚ ਕੋਈ ਦੋਸ਼ ਵੀ ਨਹੀਂ ਸੀ ਲੱਗਦੇ ਪਰ ਹੁਣ ਜਿਹੜੇ ਪੰਜ ਮੰਤਰੀ ਇਨ ਤੇ ਚਾਰ ਆਊਟ ਕੀਤੇ ਗਏ ਆ ਤੇ ਪੰਜ ਮੰਤਰੀ ਨੂੰ ਵਿਭਾਗਾਂ ਦੇ ਵੀ ਨਾਲੋ ਨਾਲ ਵੰਡ ਕਰ ਦਿੱਤੀ ਗਈ ਹੈ ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਅਤੇ ਪਰਸਨਲ ਵਿਭਾਗ ਲੀਗਲ ਅਫੀਅਰ ਸਿਵਲ ਐਵੀਏਸ਼ਨ ਵਿਗਿਆਰ ਅਤੇ ਤਕਨੀਕ ਦੇ ਨਾਲ-ਨਾਲ ਖੇਡ ਮੰਤਰਾਲਾ ਰਹੇਗਾ ਕਿਉਂਕਿ ਖੇਡ ਮੰਤਰੀ ਹੁੰਦੇ ਸਨ ਪੰਜਾਬ ਦੇ ਮੀਤਿਆਰ ਉਹ ਸੰਸਦ ਮੈਂਬਰ ਬਣ ਗਏ ਸਨ ਤੇ ਉਹਨਾਂ ਤੋਂ ਬਾਅਦ ਖੇਡ ਮੰਤਰਾਲਾ ਮੁੱਖ ਮੰਤਰੀ ਮਾਨ ਨੇ ਆਪਣੇ ਕੋਲ ਰੱਖ ਲਿਆ ਸੀ ਇਹਨਾਂ ਤੋਂ ਇਲਾਵਾ ਨਵੇਂ ਮੰਤਰੀਆਂ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਨੂੰ ਰੈਵਨਿਊ ਡਿਜਾਸਟਰ ਮੈਨੇਜਮੈਂਟ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਇਹ ਮੰਤਰਾਲੇ ਦੇ ਦਿੱਤੇ ਗਏ ਹੈ ਰੈਵਨਿਊ ਮੰਤਰਾਲਾ ਬ੍ਰਹਮਸ਼ੰਕਰ ਜਿੰਪਾ ਕੋਲ ਸੀ ਪਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਜਦ ਕਿ ਵਾਟਰ ਸਪਲਾਈ ਮੰਤਰਾਲਾ ਚੇਤਨ ਸਿੰਘ ਜੋੜਾ ਮਾਜਰਾ ਕੋਲ ਸੀ। ਵਰਿੰਦਰ ਕੁਮਾਰ ਗੋਇਲ ਨੂੰ ਮਾਈਨਿੰਗ ਦਾ ਅਹਿਮ ਮੰਤਰਾਲਾ ਦਿੱਤਾ ਗਿਆ ਹੈ। ਇਹ ਵੀ ਪਹਿਲਾਂ ਚੇਤਨ ਸਿੰਘ ਜੋੜਾ ਮਾਜਰਾ ਕੋਲ ਸੀ। ਇਹਦੇ ਤੋਂ ਇਲਾਵਾ ਵਾਟਰ ਰਿਸੋਰਸ ਅਤੇ ਕਨਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਮੰਤਰਾਲਾ ਵੀ ਉਹਨਾਂ ਨੂੰ ਦਿੱਤਾ ਗਿਆ ਹੈ। ਤਰਨ ਪ੍ਰੀਤ ਸਿੰਘ ਸੌਂਧ ਨੂੰ ਸੈਰ ਸਪਾਟਾ ਤੇ ਸੱਭਿਆਚਾਰ ਦੇ ਨਾਲ-ਨਾਲ ਇਨਵੈਸਟਮੈਂਟ ਮੰਤਰਾਲਾ ਵੀ ਦਿੱਤਾ ਗਿਆ ਤੇ ਇਹ ਮੰਤਰਾਲੇ ਪਹਿਲਾਂ ਗगन ਅਨਮੋਲ ਮਾਨ ਕੋਲ ਸਨ। ਉਹਨਾਂ ਦੀ ਵੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਗਈ ਹੈ। ਇਦੇ ਤੋਂ ਇਲਾਵਾ ਕਿਰਤ ਹਸਪੀਟਲਟੀ ਸਨਤ ਅਤੇ ਕਾਮਰਸ ਅਤੇ ਸ਼ਹਿਰੀ ਅਤੇ ਪੰਚਾਇਤ ਵਿਭਾਗ ਵਰਗੇ ਜਿਹੜੇ ਅਹਿ ਮਹਿਕਮੇ ਆ ਉਹ ਵੀ ਤਰਨਪ੍ਰੀਤ ਸਿੰਘ ਸੌਂਹ ਦੇ ਹਵਾਲੇ ਕਰ ਦਿੱਤੇ ਗਏ ਆ ਡਾਕਟਰ ਰਵਜੋਤ ਨੂੰ ਬਹੁਤ ਵੱਡਾ ਮਹਿਕਮਾ ਸਥਾਨਕ ਸਰਕਾਰਾਂ ਵਰਗਾ ਵੱਡਾ ਤੇ ਅਹਿ ਮਹਿਕਮਾ ਦਿੱਤਾ ਗਿਆ ਇਹ ਪਹਿਲਾ ਬਲਕਾਰ ਸਿੰਘ ਕੋਲ ਸੀ ਤੇ ਉਹਨਾਂ ਦੇ ਸਾਹਮਣੇ ਨਗਰ ਨਿਗਮ ਚੋਣਾਂ ਕਰਵਾਉਣੀਆਂ ਇੱਕ ਵੱਡੀ ਚੁਣੌਤੀ ਹੋ ਸਕਦਾ ਹੈ ਸ਼ਹਿਰਾਂ ਦੇ ਵਿੱਚ ਵਿਕਾਸ ਕਰਵਾਉਣ ਦੇ ਕੰਮ ਦੇ ਵਿੱਚ ਵੀ ਉਹਨਾਂ ਦੀ ਅਹਿਮ ਜ਼ਿੰਮੇਵਾਰੀ ਹੋਏਗੀ ਇਹਦੇ ਤੋਂ ਇਲਾਵਾ ਪਾਰਲੀਮੈਂਟ ਅਫੇਅਰ ਦਾ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਹੈ। ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸ ਵੈਲਫੇਅਰ, ਫਰੀडम फाइਟਰ ਅਤੇ ਹਾਰਟੀਕਲਚਰ ਵਿਭਾਗ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਇਹਦੇ ਤੋਂ ਇਲਾਵਾ ਹਰਪਾਲ ਟੀਮਾ ਦੇ ਕੋਲ ਪਹਿਲਾਂ ਵੀ ਵਿੱਤ ਵਿਭਾਗ ਸੀ। ਪਲੈਨਿੰਗ, ਪ੍ਰੋਗਰਾਮ ਇੰਪਲੀਮੈਂਟੇਸ਼ਨ ਅਤੇ ਐਕਸਾਈਜ਼ ਵਿਭਾਗ ਉਹਨਾਂ ਕੋਲ ਹੀ ਰਹਿਣਗੇ। ਅਮਨ ਅਰੋੜਾ ਕੋਲ ਰਣਿਊਲ એનર્ਜੀ, ਪ੍ਰਿੰਟਿੰਗ ਸਟੇਸ਼ਨਰੀ, ਸਰਕਾਰੀ ਰਿਫਾਰਮ, ਰੋਜ਼ਗਾਰ ਪੈਦਾ ਕਰਨ ਅਤੇ ਟ੍ਰੇਨਿੰਗ ਵਰਗੇ ਵਿਭਾਗ ਮੈਂ ਹੈ। ਡਾਕਟਰ ਬਲਜੀਤ ਕੌਰ ਦੇ ਵਿਭਾਗ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਉਹ ਸੋਸ਼ਲ ਜਸਟਿਸ ਅਤੇ ਘੱਟ ਗਿਣਤੀਆਂ ਮਹਿਲਾ ਅਤੇ ਬੱਚਿਆਂ ਦੀ ਸਮਾਜਿਕ ਸੁਰੱਖਿਆ ਦੇ ਜਿਹੜੇ ਉਹਨਾਂ ਕੋਲ ਵਿਭਾਗ ਸੀ ਉਹ ਉਹਨਾਂ ਦੇ ਕੋਲ ਹੀ ਰਹਿਣਗੇ ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਉਹਨਾਂ ਕੋਲ ਵੀ ਐਨ ਆਰ ਆਈ ਅਤੇ ਪ੍ਰਸ਼ਾਸਨਿਕ ਵਿਭਾਗ ਸੀ ਤੇ ਉਹ ਉਹਨਾਂ ਕੋਲ ਹੀ ਹੈ ਡਾਕਟਰ ਬਲਵੀਰ ਸਿੰਘ ਕੋਲੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੈਡੀਕਲ এডਿਕੇਸ਼ਨ ਅਤੇ ਸੱਚ ਤੇ ਚੋਣਾ ਦਾ ਵਿਭਾਗ ਹੈ ਉਹ ਹੁਣ ਵੀ ਉਹਨਾਂ ਕੋਲ ਹੀ ਹੈ ਲਾਲ ਚੰਦ ਕੁਟਾਰੂ ਚੱਕ ਦੇ ਕੋਲ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੀਅਰ ਜੰਗਲਾਤ ਅਤੇ ਵਾਈਲਡ ਲਾਈਫ ਮਹਿਕਮਾ ਉਹ ਪਹਿਲਾਂ ਵੀ ਸੀ ਸੀ ਹੁਣ ਵੀ ਰਹੇਗਾ ਲਾਲਜੀਤ ਸਿੰਘ ਭੁੱਲਰ ਕੋਲ ਵੀ ਟਰਾਂਸਪੋਰਟ ਮਹਿਕਮੇ ਦੀ ਜ਼ਿੰਮੇਵਾਰੀ ਪਹਿਲਾਂ ਵੀ ਸੀ ਸੀ ਹੁਣ ਵੀ ਰਹੇਗੀ ਹਰਜੋਤ ਬੈਂਸ ਉਹਨਾਂ ਕੋਲੇ ਸਕੂਲ ਸਿੱਖਿਆ ਵਿਭਾਗ ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਨਾਲ ਨਾਲ ਸੂਚਨਾ ਅਤੇ ਪ੍ਰਸਾਡ ਮੰਤਰਾਲੇ ਦਾ ਪਹਿਲਾਂ ਵੀ ਕੰਮਕਾਰ ਸੀ ਤੇ ਹੁਣ ਵੀ ਉਹ ਕਾਰਜ ਭਾਗ ਸੰਭਾਲਣਗੇ ਹਰਭਜਨ ਸਿੰਘ ਈਟੀਓ ਬਿਜਲੀ ਮੰਤਰਾਲੇ ਦੇ ਨਾਲ ਨਾਲ ਪਬਲਿਕ ਵਰਕ ਦਾ ਕੰਮਕਾਜ ਪਹਿਲਾਂ ਵੀ ਦੇਖਦੇ ਸੀ ਤੇ ਹੁਣ ਵੀ ਦੇਖਣਗੇ ਤੇ ਹੁਣ ਇਹ ਰੱਦੋ ਬਦਲ ਤੋਂ ਬਾਅਦ ਬਿਕਰਮ ਮਜੀਠੀਆ ਦੀ ਚੁਣੌਤੀ ਹੈ ਅਕਾਲੀ ਦਲ ਕਾਫੀ ਔਖਾ ਪਾਰਾ ਹੋਇਆ ਹੈ ਕਿਉਂਕਿ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋਇਆ ਪੰਜ ਨਵੇਂ ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ ਚਾਰ ਦੀ ਛੁੱਟੀ ਕਰ ਦਿੱਤੀ ਗਈ ਹੈ ਇਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਓਐਸਡੀ ਨੂੰ ਵੀ ਬਦਲ ਦਿੱਤਾ ਗਿਆ ਹੈ। ਓਐਸਡੀ ਨੂੰ ਬਦਲਣ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਇਸ ਕਰਕੇ ਖਾਸ ਕਰਕੇ ਮੈਂ ਇਹ ਆਖ ਸਕਦਾ ਕਿ ਅਕਾਲੀ ਦਲ ਨਿਸ਼ਾਨੇ ਤੇ ਲੈ ਰਿਹਾ ਉਹਨਾਂ ਨੂੰ। ਮਜੀਠੀਆ ਦੇ ਵੱਲੋਂ ਓਐਸਡੀ ਨੂੰ ਬਦਲਣ ਨੂੰ ਲੈ ਕੇ ਕਈ ਸਵਾਲ ਚੁੱਕ ਦਿੱਤੇ ਗਏ ਹੈ। ਉਹਨਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਓਐਸਡੀ ਨੂੰ ਕਿਉਂ ਬਦਲਿਆ? ਉਹਨਾਂ ਕਿਹਾ ਕਿ ਬਦਲਣ ਦਾ ਕਾਰਨ ਦੱਸਿਆ ਜਾਵੇ ਨਹੀਂ ਤਾਂ ਉਹ ਖੁਦ ਉਹਨਾਂ ਨੂੰ ਕਿਉਂ ਅਲਾਬੇ ਕੀਤਾ ਗਿਆ ਉਹ ਕਾਰਨ ਲੋਕਾਂ ਦੇ ਸਾਹਮਣੇ ਲਿਆਉਣਗੇ। ਮਜੀਠੀਆ ਕੋਲ ਇਸ ਤਰ੍ਹਾਂ ਦੀ ਕਿਹੜੀ ਜਾਣਕਾਰੀ ਹੈ ਜਿਹੜੀ ਉਹਨਾਂ ਨੂੰ ਪਤਾ ਹੈ ਜਾਂ ਉਹਨਾਂ ਕੋਲੇ ਇਹ ਜਾਣਕਾਰੀ ਹੈ ਤਾਂ ਕੀ ਕਦੋਂ ਦੱਸਣਗੇ ਕਿਹੜਾ ਸਮਾਂ ਹੋਏਗਾ ਪਰ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਚੈਲੰਜ ਕਰ ਦਿੱਤਾ ਹੈ ਕਿ ਜਾਂ ਦੱਸੋ ਨਹੀਂ ਤਾਂ ਫਿਰ ਮੈਂ ਦੱਸਾਂਗਾ ਹੁਣ ਵੇਖਦੇ ਆ ਕਦੋਂ ਦੱਸਣਗੇ ਹੁਣ ਦੂਸਰੇ ਪਾਸੇ ਜਦੋਂ ਲਗਾਤਾਰ ਹਮਲਾਵਰ ਹੋ ਗਿਆ ਅਕਾਲੀ ਦਲ ਤਾਂ ਫਿਰ ਆਮ ਆਦਮੀ ਪਾਰਟੀ ਨੇ ਵੀ ਇਹਦਾ ਜਵਾਬ ਦਿੱਤਾ ਹੈ ਅਸਲ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਨੂੰ ਲੈ ਕੇ ਇੱਕ ਤਿੱਖਾ ਪ੍ਰਤੀਕਰਮ ਅਤੇ ਬਿਆਨ ਦਿੱਤਾ ਗਿਆ ਸੀ ਅਤੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜੜ ਦੇ ਵੱਲੋਂ ਵੀ ਮਾਨ ਕੈਬਨਿਟ ਦੇ ਵਿੱਚ ਫੇਰ ਬਦਲਤੇ ਸਵਾਲ ਚੁੱਕ ਦਿੱਤੇ ਗਏ ਸੀ ਇਹਦਾ ਜਵਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਦਿੰਦਿਆਂ ਕਿਹਾ ਕਿ ਸਾਡਾ ਡੱਬਾ ਤੇ ਇੰਜਣ ਦੋਵੇਂ ਬਿਲਕੁਲ ਠੀਕ ਨੇ ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦਿਆਂ ਗਰਗਨੇ ਕਿਹਾ ਕਿ ਇਹ ਕਿਸੇ ਇੱਕ ਪਰਿਵਾਰ ਦਾ ਡੱਬਾ ਨਹੀਂ ਇਹ ਪੰਜਾਬ ਦੇ 3 ਕਰੋੜ ਲੋਕਾਂ ਵੱਲੋਂ ਚੁਣੇ ਗਏ ਡੱਬੇ ਅਤੇ ਇੰਜਣ ਹੈ। ਉਹਨਾਂ ਆ ਕਿਹਾ ਕਿ ਆਪ ਸਰਕਾਰ ਨੇ ਪੰਜਾਬ 'ਚ ਹਰ ਤਰ੍ਹਾਂ ਦੇ ਮਾਫੀਆ ਤੇ ਸ਼ਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਨੇ। ਅਕਾਲੀ ਸਰਕਾਰ ਵੱਲੋਂ ਪੈਦਾ ਹੋਏ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਨੇ ਨਸ਼ਾ ਤਸਕਰੀ ਨੂੰ ਕਾਬੂ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਨੇ। ਆਮ ਲੋਕਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਵੀ ਬਣਾਏ ਜਾ ਰਹੇ ਨੇ ਅਤੇ ਬੱਚਿਆਂ ਦੀ ਬਿਹਤਰ ਸਿੱਖਿਆ ਲਈ ਵਧੀਆ ਸਰਕਾਰੀ ਸਕੂਲ ਵੀ ਬਣਾਏ ਜਾ ਰਹੇ ਨੇ। ਗਰਗਨੇ ਕਿਹਾ ਕਿ ਅਸਲ ਦੇ ਵਿੱਚ ਇੰਜਣ ਬਦਲਣ ਦੀ ਲੋੜ ਅਕਾਲੀ ਦਲ ਨੂੰ ਹੈ ਜੋ ਪੰਜਾਬ ਤੇ ਪੰਥ ਦੀ ਪਾਰਟੀ ਤੋਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਅਰਸ਼ਦੀਪ ਕਲੇਰ ਪਹਿਲਾਂ ਆਪਣੀ ਪਾਰਟੀ ਨੂੰ ਬਾਦਲ ਪਰਿਵਾਰ ਦੀ ਪਕੜ ਤੋਂ ਮੁਕਤ ਕਰਵਾਉਣ ਫਿਰ ਦੂਜੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਨ ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਦੀ ਸਥਿਤੀ ਇਹ ਹੋ ਗਈ ਹੈ ਕਿ ਜੇਕਰ ਉਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਾਵੇ ਤਾਂ ਉਹ ਵੀ ਨਹੀਂ ਬਣਾ ਸਕਦੇ ਬਾਦਲ ਪਰਿਵਾਰ ਨੇ ਪਾਰਟੀ ਅਤੇ ਪੰਜਾਬ ਦੋਵਾਂ ਨੂੰ ਬਰਬਾਦ ਕੀਤਾ ਹੈ ਇਹਨਾਂ ਲੋਕਾਂ ਨੇ ਆਪਣੇ ਫਾਇਦੇ ਲਈ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਵੀ ਉਤਸ਼ਾਹਤ ਕੀਤਾ ਗੈਂਗਸਟਰ ਅਤੇ ਮਾਫੀਆ ਵੀ ਪੈਦਾ ਕੀਤਾ ਜਿਸ ਦਾ ਨਤੀਜਾ ਅੱਜ ਤੱਕ ਪੰਜਾਬ ਭੁਗਤ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਤਿੰਨ ਸਾਲ ਲੱਗਿਆ ਪਰ ਖਬਰ ਵੱਡੀ ਤੇ ਰਾਹਤ ਭਰੀ ਆਈ ਹੈ ਦੋਵੇਂ ਧਿਰਾਂ ਜਿਹੜੀਆਂ ਪਹਿਲਾਂ ਇੱਕ ਦੂਸਰੇ ਦੇ ਆਹਮੋ ਸਾਹਮਣੇ ਸੀ ਹੁਣ ਇੱਕ ਦੂਸਰੇ ਦੀਆਂ ਸਿੱਤਾਂ ਕਰ ਰਹੀਆਂ ਨੇ ਅਸਲ ਵਿੱਚ ਚੜਾਈਆਂ ਤਾਂ ਤਕੀਦੀਆਂ ਹੀ ਹੁੰਦੀਆਂ ਨੇ ਲਗਭਗ 3 ਸਾਲ ਲੰਬੀ ਲੜਾਈ ਲੜੀ ਹੈ ਉਹਦੇ ਤੋਂ ਬਾਅਦ ਪੰਜਾਬ ਦੇ 1158 ਸਹਾਇਕ ਪ੍ਰੋਫੈਸਰਾਂ ਦੇ ਵਾਸਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਤੇ ਰਾਹਤ ਭਰੀ ਖਬਰ ਦਿੱਤੀ ਹੈ ਹਾਈ ਕੋਰਟ ਦੇ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਦੇ ਹਾਂ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਦੀ ਜਿਹੜੀ ਭਰਤੀ ਸੀ ਉਸ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਦੱਸਣਾ ਬਣਦਾ ਕਿ 2021 ਤੋਂ ਸ਼ੁਰੂ ਹੋਏ ਇਸ ਸੰਘਰਸ਼ ਦੇ ਦੌਰਾਨ 2023 ਦੇ ਵਿੱਚ ਇੱਕ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਵੀ ਨੌਕਰੀ ਦੀ ਮੰਗ ਕਰਦੇ ਆ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਸੀ ਮੈਂ ਉਦੋਂ ਵੀ ਆਖਿਆ ਸੀ ਕਿ ਇਹ ਕਿਸੇ ਮਸਲੇ ਦਾ ਹੱਲ ਨਹੀਂ ਸ਼ਾਇਦ ਜੇਕਰ ਉਹ ਵੀ ਸੰਘਰਸ਼ੀਲ ਰਹਿੰਦੇ ਤਾਂ ਅੱਜ ਉਹਨਾਂ ਦੇ ਘਰ ਵਿੱਚ ਵੀ ਲੱਡੂ ਵੰਡੇ ਜਾਣੇ ਸੀ ਸਿੰਗਲ ਬੈਂਚ ਦੇ ਫੈਸਲੇ ਨੂੰ ਹਾਈ ਕੋਰਟ ਦੀ ਡਬਲ ਬੈਂਚ ਦੇ ਸਾਹਮਣੇ ਪੰਜਾਬ ਸਰਕਾਰ ਨੇ ਅਪੀਲ ਕਰ ਦਿੱਤੀ ਸੀ ਸਰਕਾਰ ਲਗਾਤਾਰ ਜਲਦ ਸੁਣਵਾਈ ਦੀ ਮੰਗ ਵੀ ਕਰਦੀ ਰਹੀ ਦੱਸਣਾ ਬਣਦਾ ਕਿ 2021 ਦੇ ਵਿੱਚ ਇਹ ਭਰਤੀਆਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਸੀ ਸਿੰਗਲ ਬੈਂਚ ਨੇ ਪਿਛਲੇ ਸਾਲ ਇਹ ਸਾਰੀ ਭਰਤੀ ਨੂੰ ਰੱਦ ਕਰਦਾ ਹੁਕਮ ਸੁਣਾ ਦਿੱਤਾ ਸੀ ਜਿਸ ਤੋਂ ਬਾਅਦ ਬਿਨੇ ਕਾਰਨਾਂੇ ਵੀ ਅਤੇ ਸਰਕਾਰ ਨੇ ਵੀ ਸਿੰਗਲ ਬੈਂਚ ਦੇ ਫੈਸਲੇ ਦੇ ਖਿਲਾਫ ਡਬਲ ਬੈਂਚ ਕੋਲ ਅਪੀਲ ਕਰ ਦਿੱਤੀ ਸੀ ਪਰ ਇਸ ਦੌਰਾਨ ਸਿੰਗਲ ਬੈਂਚ ਦਾ ਫੈਸਲਾ ਆਉਣ ਤੱਕ 609 ਜੁਆਇਨ ਕਰ ਚੁੱਕੇ ਸਨ 135 ਨੂੰ ਸਟੇਸ਼ਨ ਅਲਾਟ ਕੀਤੇ ਜਾ ਚੁੱਕੇ ਸੀ ਡਬਲ ਵੈਂਚ ਦੇ ਵੱਲੋਂ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮਾਂ ਦੇ ਕਾਰਨ 135 ਹੀ ਕੰਮ ਕਰ ਰਹੇ ਸੀ ਅਤੇ ਤਨਖਾਹ ਲੈ ਰਹੇ ਸੀ ਪਰ 484 ਸਟੇਸ਼ਨ ਅਲਾਟ ਹੋਣ ਦੀ ਉਡੀਕ ਵਿੱਚ ਸੀ ਅਤੇ ਉਹਨਾਂ ਨੂੰ ਤਨਖਾਹ ਵੀ ਨਹੀਂ ਸੀ ਮਿਲ ਰਹੀ ਪਰ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਅਤੇ ਸਟੇਸ਼ਨ ਅਲਾਟ ਕਰਨ ਦੀ ਆਗਿਆ ਮੰਗੀ ਸੀ ਜਿਸ ਤੋਂ ਬਾਅਦ ਹੁਣ ਮਾੜਜੋਗ ਅਦਾਲਤ ਨੇ ਹਰੀ ਛੰਡੀ ਦੇ ਦਿੱਤੀ ਹੈ ਸਹਾਇਕ ਪ੍ਰੋਫੈਸਰਾਂ ਦੇ ਇਸ ਪੂਰੇ ਸੰਘਰਸ਼ ਦੇ ਦੌਰਾਨ 2023 ਦੇ ਵਿੱਚ ਜਦੋਂ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਇੱਕ ਨੋਟ ਦੇ ਵਿੱਚ ਮੰਤਰੀ ਹਰਜੋਤ ਬੈਂਸ ਨੂੰ ਇਹਦਾ ਜ਼ਿੰਮੇਵਾਰ ਵੀ ਦੱਸਿਆ ਸੀ ਜਿਸ ਤੋਂ ਬਾਅਦ ਇਹਤੇ ਤੇ ਸਿਆਸਤ ਵੀ ਹੋਈ ਤੇ ਆਖਰਕਾਰ ਪਰਿਵਾਰ ਦੇ ਮੈਂਬਰਾਂ ਨੂੰ ਸੁਨੀਲ ਜਾਖੜ ਵਰਗੇ ਤੇ ਹੋਰਨਾਂ ਨੂੰ ਘਰੋਂ ਬਾਹਰ ਕਿਹਾ ਸੀ ਕਿ ਚਲੇ ਜਾਓ ਸਾਨੂੰ ਸਾਡੇ ਹਾਲਤ ਤੇ ਛੱਡ ਦਿਓ ਪਰ ਹੁਣ ਇਸ ਫੈਸਲੇ ਤੋਂ ਬਾਅਦ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਉੱਚੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਹੈ ਦੱਸਣਾ ਬੜਦਾ ਕਿ ਪਹਿਲਾਂ ਇਹ ਉਹਨਾਂ ਤੇ ਦੋਸ਼ ਵੀ ਲਾਉਂਦੇ ਸੀ ਹੁਣ ਭਰਤੀ ਪ੍ਰਕਿਰਿਆ ਸੰਬੰਧੀ ਚੱਲ ਰਹੀ ਕਾਨੂੰਨੀ ਚਾਰਾ ਜੂਜ ਦੇ ਦੌਰਾਨ ਉਹ ਕਹਿੰਦੇ ਇਹਨਾਂ ਨੇ ਸਾਡੀ ਮਦਦ ਕੀਤੀ ਹੈ ਇਸ ਵਾਸਤੇ ਅਸੀਂ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਸ਼ਪਸ਼ਟ ਹੁਕਮ ਸੀ ਕਿ ਇਸ ਭਰਤੀ ਪ੍ਰਕਿਰਿਆ ਨੂੰ ਬਹਾਲ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਜਾਵੇ। ਉਹਨਾਂ ਕਿਹਾ ਕਿ ਇਸ ਭਰਤੀ ਸੰਬੰਧੀ ਪ੍ਰਕਿਰਿਆ ਨੂੰ ਜਲਦ ਨਿਪਰੇ ਚਾੜ ਦਿੱਤਾ ਜਾਏਗਾ ਅਤੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਮੁੜ ਤਰੱਕੀ ਦੇ ਰਾਹਤੇ ਲਿਆਂਦਾ ਜਾਏਗਾ। 1158 ਸਹਾਇਕ ਪ੍ਰੋਫੈਸਰ ਯੂਨੀਅਨ ਦੇ ਕਨਵੀਨਰ ਡਾਕਟਰ ਜਸਵਿੰਦਰ ਕੌਰ ਵੱਲੋਂ ਉੱਚੇਰੀ ਸਿੱਖਿਆ ਮੰਤਰੀ ਹਰਜੋਤ ਮੈਸ ਨੂੰ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਤੁਰੰਤ ਬਾਅਦ ਫੋਨ ਉੱਤੇ ਧੰਨਵਾਦੀ ਫੋਨ ਕੀਤਾ ਗਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਅਸੀਂ ਇਸ ਕੇਸ ਵਿੱਚ ਜਿੱਤ ਨਹੀਂ ਸੀ ਸਕਦੇ ਇਹ ਸੰਭਵ ਨਹੀਂ ਸੀ ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਗਲਤੀਆਂ ਨਾ ਕਰਦੀਆਂ ਤਾਂ ਇਹ ਮਾਮਲਾ ਅਦਾਲਤ ਵਿੱਚ ਜਾਣਾ ਹੀ ਨਹੀਂ ਸੀ ਉਹਨਾਂ ਦੀਆਂ ਗਲਤੀਆਂ ਦੇ ਕਰਕੇ ਦੋਵੇਂ ਹੀ ਮਾਮਲੇ ਅਦਾਲਤ ਵਿੱਚ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ ਉਹਨਾਂ ਇਸ ਫੈਸਲੇ ਨੂੰ ਪੰਜਾਬ ਦੀ ਬੇਤਰੀ ਲਈ ਇੱਕ ਵੱਡਾ ਕਦਮ اقرار ਦਿੰਦਾ ਹੈ ਉਹਨਾਂ ਸਾਰੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਰੱਖਿਆ ਅਤੇ ਅੱਜ ਧੀਰਜ ਨਾਲ ਇੰਤਜ਼ਾਰ ਕਰਦੇ ਕਰਦੇ ਇਹ ਕੇਸ ਜਿੱਤ ਗਏ ਨੇ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲੈਬਰੀਰੀਅਨ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਲਗਾਤਾਰ ਆਖਰੀ ਸੀ ਕਿ ਇਹਨੂੰ ਲਗਾਤਾਰ ਸੁਣਿਆ ਜਾਵੇ ਅਤੇ ਆਖਰ ਰਾਹਤ ਮਿਲੀ ਹੈ। ਅਦਾਲਤ ਦੇ ਡਬਲ ਬੈਂਚ ਨੇ ਭਰਤੀ ਪ੍ਰਕਿਰਿਆ ਨੂੰ ਆਖਰ ਹਰੀ ਛੰਡੀ ਦੇ ਦਿੱਤੀ ਹੈ। ਹੁਣ ਨਗਰ ਨਿਗਮ ਦੀਆਂ ਚੋਣਾਂ ਨਗਰ ਕੌਂਸਲ ਦੀਆਂ ਚੋਣਾਂ ਇਹਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਵੇਂ ਇਹ ਕਹਿਦਿਆਂ ਤਾਂ ਕੋਈ ਅਤ ਕਥਨੀ ਨਹੀਂ। ਕਿ ਆਖਰੀ ਮੌਕਾ ਦਿੱਤਾ ਹੈ ਕਿਉਂਕਿ ਪੰਚਾਇਤੀ ਚੋਣਾਂ ਬੜੀ ਜਲਦ ਅਕਤੂਬਰ ਮਹੀਨੇ ਹੋਣ ਵਾਲੀਆਂ ਨੇ ਉਹਨਾਂ ਦੀ ਵੀ ਅਸਲ ਤਰੀਕ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਜਿਹੜੀਆਂ ਚੋਣਾਂ ਨੇ ਉਹਨੂੰ ਲੈ ਕੇ ਪੰਜਾਬ ਸਰਕਾਰ ਨੂੰ ਚੋਣਾਂ 'ਚ ਦੇਰੀ ਬਾਰੇ ਆਖਰੀ ਮੌਕਾ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਚੋਣਾਂ ਦਾ ਪੂਰਾ ਪ੍ਰੋਗਰਾਮ ਸ਼ਡਿਊਲ 14 ਅਕਤੂਬਰ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇ ਇਹਦੇ ਨਾਲ ਹੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਹਾਈ ਕੋਰਟ ਆਪ ਹੁਕਮ ਜਾਰੀ ਕਰ ਦੇਵੇਗੀ ਦੱਸਣਾ ਬਣਦਾ ਹੈ ਕਿ ਪੰਜਾਬ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਪਿਛਲੇ ਜਨਵਰੀ ਮਹੀਨੇ ਤੋਂ ਲਟਕ ਰਹੀਆਂ ਨੇ ਅਤੇ 42 ਦੇ ਕਰੀਬ ਨਗਰ ਕੌਂਸਲਾਂ ਦੀਆਂ ਚੋਣਾਂ ਵੀ ਨਹੀਂ ਹੋਈਆਂ ਇਸ ਸਬੰਧੀ ਹਾਈ ਕੋਰਟ ਦੇ ਵਿੱਚ ਦੋ ਜਨ ਹਿਤ ਪਟੀਸ਼ਨਾਂ ਦੀ ਸੁਣਵਾਈ ਚੱਲ ਰਹੀ ਸੀ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 14 ਅਕਤੂਬਰ ਨੂੰ ਨਿਰਧਾਰਤ ਕਰ ਦਿੱਤੀ ਗਈ ਹੈ ਇਹ ਫੈਸਲੇ ਸੁਣਦਿਆਂ ਸੁਣਦਿਆਂ ਬੰਦੇ ਬਿਰਖ ਕਿਵੇਂ ਹੁੰਦੇ ਨੇ ਆ ਖਬਰ ਉਸ ਗੱਲ ਨੂੰ ਤਸਦੀਕ ਕਰੇਗੀ ਅਸਲ ਦੇ ਵਿੱਚ ਮਾਨਯੋਗ ਅਦਾਲਤ ਨੇ ਸੰਗਰੂਰ ਜ਼ਿਲ੍ਹੇ ਦੇ ਲੌਂਗੋ ਵਾਲ ਤੇ ਰਹਿਣ ਵਾਲੇ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ 'ਚ 29 ਸਾਲਾਂ ਤੋਂ ਬਾਅਦ ਇਹ ਵੱਡਾ ਤੇ ਐ ਫੈਸਲਾ ਸੁਣਾਇਆ ਮਾਨਯੋਗ ਹਾਈ ਕੋਰਟ ਨੇ 29 ਸਾਲ ਬਾਅਦ ਆਪਣੇ ਫੈਸਲੇ ਦੇ ਵਿੱਚ ਤਤਕਾਲੀ ਡੀਐਸਪੀ ਜਿਹੜੇ ਕਿ ਹੁਣ ਸੇਵਾਮੁਕਤ ਹੋ ਕੇ ਚੁੱਕੇ ਨੇ ਪਰ ਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਤਤਕਾਲੀ ਡੀਐਸਪੀ ਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਕੁਲਦੀਪ ਕੌਰ ਦੇ ਪਤੀ ਅਤੇ ਸਮਾਜ ਸੇਵੀ ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਹ ਮਾਮਲਾ ਪਿੰਡ ਭਾਈਕੇ ਪਸ਼ੌਰ ਦਾ ਸੀ। ਉਹਨਾਂ ਦੱਸਿਆ ਕਿ ਗਮਦੂਰ ਸਿੰਘ ਉਸਤਾ ਸਾਲਾ ਸੀ ਜਿਸ ਨੂੰ 14 ਨਵੰਬਰ ਤੇ 1995 ਨੂੰ ਜੀਆਰਪੀ ਪਾਵਰ ਰੇਲ ਤੇ ਪੁਲਿਸ ਸੰਗਰੂਰ ਦੇ ਤਤਕਾਲੀ ਐਸਐਚਓ ਉਹ ਆਪਣੀ ਪੁਲਿਸ ਪਾਰਟੀ ਸਮੇਤ ਆਏ। ਉਹਨਾਂ ਨੇ ਗੁਰਦੇਵ ਸਿੰਘ ਦੇ ਕਤਲ ਕੇਸ ਤੇ ਸ਼ੱਕ ਦੇ ਵਿੱਚ ਉਹਨਾਂ ਨੂੰ ਚੁੱਕ ਲਿਆ। ਇਸ ਤੋਂ ਬਾਅਦ ਉਸ ਨੂੰ ਰੇਲਵੇ ਥਾਣੇ 'ਚ ਲਿਜਾ ਕੇ ਉਹਦੇ ਉੱਤੇ ਅੰਨਾ ਤਸ਼ੱਦਦ ਢਾਇਆ। ਉਹਨਾਂ ਦੋਸ਼ ਲਾਇਆ ਕਿ ਗਮਦੂਰ ਸਿੰਘ ਨੂੰ ਉੱਥੇ 10 ਦਿਨ ਤੱਕ ਪੁਲਿਸ ਵੱਲੋਂ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ। ਇਹਨਾਂ 10 ਦਿਨਾਂ ਦੇ ਦੌਰਾਨ ਕਰਮ ਸਿੰਘ ਬਰਾੜ ਨੂੰ ਪੁਲਿਸ ਦੇ ਵੱਲੋਂ ਸਿਰਫ 1 ਦਿਨ ਮਿਲਣ ਦਾ ਮੌਕਾ ਦਿੱਤਾ ਗਿਆ। ਉਹਨਾਂ ਨੂੰ ਛਡਵਾਉਣ ਵਾਸਤੇ ਕਹਿੰਦੇ ਲੱਖ ਕੋਸ਼ਿਸ਼ਾਂ ਕੀਤੀਆਂ। ਲੱਖ ਕੋਸ਼ਿਸ਼ਾਂ ਦੇ باوجود ਵੀ ਪੁਲਿਸ ਮੁਲਾਜ਼ਮ ਗਮਦੂਰ ਸਿੰਘ ਦੇ ਉੱਪਰ ਅੰਨਾ ਤਸ਼ੱਦਦ ਢਾਉਣ ਤੋਂ ਨਾ ਹਟੇ। ਉਹਨਾਂ ਦੱਸਿਆ ਕਿ ਪੁਲਸਤੀ ਅੰਨੀਕੁੱਟ ਨੇ ਉਹਨਾਂ ਦੀ ਸਥਿਤੀ ਉਹਨਾਂ ਦੀ ਹਾਲਤ ਬਹੁਤ ਵਿਗਾੜ ਦਿੱਤੀ। ਪੁਲਸ ਨੇ ਕੁਲਦੀਪ ਕੌਰ ਤੇ ਕਰਮ ਸਿੰਘ ਵਿਰਾੜ ਤੋਂ ਉਹ ਕਹਿੰਦੇ ਖਾਲੀ ਕਾਗਜ਼ਾਂ ਤੇ ਭਾਵ ਸਾਡੇ ਤੋਂ ਦਸਤਖਤ ਕਰਵਾ ਲੈ ਅੰਗੂਠੇ ਲਵਾ ਲੈ। ਇਹ ਦਸਤਖਤ ਕਰਵਾ ਕੇ ਗਮਦੂਰ ਸਿੰਘ ਨੂੰ ਫਿਰ 23 ਨਵੰਬਰ ਤੇ 1995 ਦੀ ਰਾਤ ਨੂੰ 11:00 ਵਜੇ ਦੇ ਕਰੀਬ ਨਾਜ਼ਕ ਸਥਿਤੀ ਦੇ ਵਿੱਚ ਉਹਨਾਂ ਦੇ ਹਵਾਲੇ ਕੀਤਾ। ਉਹਨਾਂ ਨੇ ਦੱਸਿਆ ਕਿ ਅਸੀਂ ਗਮਦੂਰ ਸਿੰਘ ਨੂੰ ਉਸੇ ਰਾਤ ਪੀਜੀਆਈ ਚੰਡੀਗੜ੍ਹ ਦੇ ਵਿੱਚ ਲੈ ਕੇ ਗਏ ਤੇ ਉੱਥੇ ਦਾਖਲ ਕਰਵਾ ਦਿੱਤਾ। ਉਸ ਵੇ ਗਮਦੂਰ ਸਿੰਘ ਦੇ ਸਰੀਰ ਦੇ ਉੱਤੇ 18 ਜ਼ਖਮ ਸੀ ਚਾਰ ਉਹਨਾਂ ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸੀ ਹੁਣ ਕਿੰਨਾ ਤਸ਼ੱਦਦ ਢਟਾਇਆ ਹੋਊਗਾ ਤੁਸੀਂ ਸੋਚ ਸਕਦੇ ਹੋ ਉਹ ਕਹਿੰਦੇ ਪੀਜੀਆਈ ਦੇ ਵਿੱਚ ਲਗਭਗ 15 ਦਿਨ ਤੇ ਜ਼ਿੰਦਗੀ ਤੇ ਮੌਤ ਦੀ ਉਹ ਲੜਾਈ ਲੜਦੇ ਰਹੇ ਤੇ ਆਖਰਕਾਰ ਗਮਦੂਰ 7 ਦਸੰਬਰ ਤੇ 1995 ਨੂੰ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ ਉਹਨਾਂ ਦੱਸਿਆ ਕਿ ਗਮਦੂਰ ਸਿੰਘ ਦਾ ਪੋਸਟ ਮਾਰਟਮ ਵੀ ਪੁਲਿਸ ਦੇ ਵੱਲੋਂ ਤਕਰੀਬਨ 4 ਦਿਨ ਲੇਟ ਕਰਵਾਇਆ ਗਿਆ ਇੱਥੇ ਹੀ ਗੱਲ ਸਰੀ ਹੋਈ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਕੋਲ 8 ਦਸੰਬਰ 1995 ਨੂੰ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਐਫ ਆਈ ਆਰ 3 ਮਹੀਨੇ ਬਾਅਦ 12 ਮਾਰਚ ਤੇ 1996 ਨੂੰ ਦਰਜ ਹੋਈ ਦਰਜ ਕਰਵਾਈ ਗਈ ਐਫ ਆਈ ਆਰ ਦੇ ਵਿੱਚ ਹਰਪਜਨ ਸਿੰਘ ਐਸ ਐਚਓ ਹੌਲਦਾਰ ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਚਲਦੇ ਕੇਸ ਦੇ ਦੌਰਾਨ ਕਰਮ ਸਿੰਘ ਬਰਾੜ ਅਤੇ ਗਵਾਹਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਹਿੰਦੇ ਅਨੇਕਾਂ ਤਰ੍ਹਾਂ ਦੀਆਂ ਧਮਕੀਆਂ ਸਮੇਂ-ਸਮੇਂ ਤੇ ਦਿੱਤੀਆਂ ਗਈਆਂ ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰ ਦਾ ਇਹ ਕੇਸ ਪੂਰੇ 29 ਸਾਲ ਮਾਨਯੋਗ ਅਦਾਲਤ ਵਿੱਚ ਲੜਿਆ ਕੇਸ ਦੌਰਾਨ ਤਤਕਾਲੀ ਡੀਐਸਪੀ ਰਿਟਾਇਰ ਐਸਪੀ ਹੋ ਗਿਆ ਭਾਵ ਗੁਰਸੇਵਕ ਸਿੰਘ ਦੀਪ ਥਾਣੇਦਾਰ ਹਰਭਜਨ ਸਿੰਘ ਕਿਰਪਾਲ ਸਿੰਘ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਤਿੰਨਾਂ ਹੀ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹੈ ਇਸੇ ਮਾਮਲੇ ਵਿੱਚ ਜਿਹੜਾ ਚੌਥਾ ਮੁਲਜ਼ਮ ਹੈ ਉਹ ਹੈ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ ਤੇ ਜ਼ਿਲ੍ਹਾ ਮਾਨਸਾ ਦੱਸਿਆ ਗਿਆ ਕਿ ਉਹ ਅੱਜਕੱਲ ਕੈਨੇਡਾ ਆ ਚੁੱਕਿਆ ਹੈ ਉਹਨੂੰ ਮਾਨਯੋਗ ਜੱਜ ਸੁਰੇਸ਼ਵਰ ਠਾਕਰ ਤੇ ਸੁਦੀਪਤੀ ਸ਼ਰਮਾ ਦੇ ਵੱਲੋਂ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਹੁਣ ਇੱਥੇ ਸਵਾਲ ਬਹੁਤ ਵੱਡਾ ਖੜਾ ਹੁੰਦਾ ਹੈ ਅਕਸਰ ਰਾਜਾ ਵੜਿੰਗ ਤੇ ਕਈ ਹੋਰ ਕਾਂਗਰਸੀ ਆਗੂ ਸਮੇਂ-ਸਮੇਂ ਤੇ ਕਹਿੰਦੇ ਆ ਕਿ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਮੈਂ ਹੁਣ 1984 ਦਾ ਨਹੀਂ ਜ਼ਿਕਰ ਕਰ ਰਿਹਾ ਇਹ 1995 ਦਾ ਮਾਮਲਾ ਹੈ ਉਸ ਵਕਤ ਕਾਂਗਰਸ ਦੀ ਉਹੀ ਹਕੂਮਤ ਸੀ ਤੇ ਉਹਦੇ ਤੋਂ ਬਾਅਦ ਵੀ ਦੋ ਵਾਰ ਫਿਰ ਕਾਂਗਰਸ ਦੀ ਹਕੂਮਤ ਆ ਚੁੱਕੀ ਹੈ ਜੇ ਅਕਾਲੀ ਦਲ ਨੂੰ ਬਾਹਰ ਵੀ ਕੱਢ ਦਈਏ ਕੀ ਕਿਸੇ ਵਾਸਤੇ ਇਨਸਾਫ ਜ਼ਰੂਰੀ ਹੈ ਤੇ ਕਿਸੇ ਵਾਸਤੇ ਇਨਸਾਫ ਜ਼ਰੂਰੀ ਨਹੀਂ ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ ਤੇ ਹੁਣ ਜਿਹੜੇ ਅਕਸਰ ਕਹਿੰਦੇ ਨੇ ਕਿ ਡਬਲ ਇੰਜਣ ਦੀ ਸਰਕਾਰ ਚਾਹੀਏ ਉਹ ਸੂਬਾ ਤਰੱਕੀ ਕਰੂ ਆਹ ਖਬਰ ਉਹਦੇ ਨਾਲ ਸੰਬੰਧਤ ਹੈ ਅਨਸੂਚਿਤ ਜਾਤੀਆਂ ਜਾਂ ਜਾਤੀਆਂ ਦੇ ਉੱਤੇ ਕਿੰਨੇ ਘਤਿਆਚਾਰ ਹੁੰਦੇ ਨੇ ਅਤੇ ਸਭ ਤੋਂ ਵੱਧ ਕਿਹੜੇ ਸੂਬੇ ਦਾ ਕਿਹੜੇ ਸੂਬਿਆਂ 'ਚ ਹੁੰਦੇ ਨੇ ਬਹੁਤ ਹੈਰਾਨੀਜਨਕ ਅੰਕੜੇ ਆ 2022 ਦੇ ਅੰਕੜੇ ਇਹ ਜਿਹੜੇ ਸਾਹਮਣੇ ਆਏ ਨੇ 2022 ਦੇ ਵਿੱਚ ਅਨਸੂਚਿਤ ਜਾਤੀਆਂ ਦੇ ਵਿਰੁੱਧ ਅਤਿਆਚਾਰ ਦੇ ਮਾਮਲਿਆਂ ਦੇ ਵਿੱਚੋਂ ਲਗਭਗ 98% ਦੇ ਨੇੜੇ ਤੇੜਿਆ 97.7% ਦੀ 13 ਸੂਬਿਆਂ ਦੇ ਵਿੱਚ ਦਰਜ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਉੱਪਰਲੇ ਸਥਾਨ ਤੇ ਯੂਪੀ ਫਿਰ ਰਾਜਸਥਾਨ ਤੇ ਫਿਰ ਮੱਧ ਪ੍ਰਦੇਸ਼ ਇਹਨਾਂ ਅਪਰਾਧਾਂ ਦੀ ਗਿਣਤੀ ਇਹਨਾਂ ਸੂਬਿਆਂ ਵਿੱਚ ਸਭ ਤੋਂ ਵੱਧ ਰਿਪੋਰਟ ਕੀਤੀ ਗਈ ਭਾਪ ਸਭ ਤੋਂ ਵੱਧ ਡਬਲ ਇੰਜਨ ਦੀ ਸਰਕਾਰ ਯੂਪੀ ਦੇ ਵਿੱਚੋਂ ਇਹ ਸਾਹਮਣੇ ਆਇਆ ਇੱਕ ਸਰਕਾਰੀ ਰਿਪੋਰਟ ਦਾ ਹਵਾਲਾ ਦੇ ਰਿਹਾ ਮੈਂ ਇਹ ਅਨਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਅਤਿਆਚਾਰਾਂ ਦੀ ਰੋਕਥਮ ਐਕਟ ਦੇ ਤਹਿਤ ਤਾਜ਼ਾ ਸਰਕਾਰੀ ਰਿਪੋਰਟ ਦੇ ਅਨੁਸਾਰ ਅੰਕੜੇ ਬੜੇ ਹੈਰਾਨੀਜਨਕ ਨੇ ਅਨਸੂਚਿਤ ਜਨਜਾਤੀਆਂ ਭਾਵ ਐਸਟੀ ਦੇ ਵਿਰੁੱਧ ਅਤਿਆਚਾਰ ਦੇ ਜ਼ਿਆਦਾਤਰ ਮਾਮਲੇ 13 ਸੂਬਿਆਂ ਤੇ ਕੇਂਦਰਿਤ ਨੇ ਜਿੱਥੇ 2022 ਦੇ ਵਿੱਚ ਸਾਰੇ ਮਾਮਲਿਆਂ ਦੇ ਵਿੱਚੋਂ ਤਕਰੀਬਨ 99% ਦੀ 98.91% ਦਰਜ ਹੋਏ ਨੇ ਅਤਿਆਚਾਰ ਦੇ ਅਪਰਾਧਾਂ ਦੇ ਨਾਲ ਸੰਬੰਧਿਤ ਹੁਣ ਕੁੱਲ ਕੇਸ ਕਿੰਨੇ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਅਨਸੂਚਿਤ ਜਾਤੀਆਂ ਦੇ ਵਿਰੁੱਧ ਕਾਨੂੰਨ ਤਹਿਤ 2022 ਦੇ ਵਿੱਚ ਦਰਜ ਕੀਤੇ ਗਏ 51000 ਤੇ 656 ਮਾਮਲਿਆਂ ਚੋਂ ਇਕੱਲੇ ਯੂਪੀ ਚ 12000 ਤੇ 287 ਮਾਮਲੇ ਆ। ਇਹ ਕੁੱਲ ਮਾਮਲਿਆਂ ਦਾ ਤਕਰੀਬਨ ਪੌਣੇ 24 ਫੀਸਦੀ ਹੈ। 23.78 ਫੀਸਦ ਇਹਦੇ ਤੋਂ ਬਾਅਦ ਨੰਬਰ ਆ Rajasthan ਦਾ। Rajasthan ਦੇ ਵਿੱਚ 8651 ਇਹ ਪੌਣੇ 17 ਫੀਸਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ 7732 ਇਹ ਤਕਰੀਬਨ 15% ਦੀ ਨੇ 14.97% ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਨਸੂਚਿਤ ਜਾਤੀਆਂ ਦੇ ਵਿਰੁੱਧ ਅਤਿਆਚਾਰ ਦੇ ਮਾਮਲਿਆਂ ਦੀ ਜ਼ਿਆਦਾ ਗਿਣਤੀ ਵਾਲੇ ਜਿਹੜੇ ਹੋਰ ਸੂਬੇ ਆ ਉਹਨਾਂ ਚ ਬਿਹਾਰ ਉਹਨਾਂ ਵਿੱਚ 6799 ਜਿਹੜੇ ਕਿ 13.16% ਬਣਦੇ ਆ ਉੜੀਸਾ ਦੇ ਵਿੱਚ 3576 ਜਿਹੜੇ ਕਿ 6.93% ਬਣਦੇ ਆ ਮਹਾਰਾਸ਼ਟਰ ਦੇ ਵਿੱਚ 2706 ਜਿਹੜੇ ਕਿ ਤਕਰੀਬਨ ਸਵਾ 5% ਬਣਦੇ ਐ ਇਹਨਾਂ 6 ਸੂਬਿਆਂ ਚ ਕੁੱਲ ਮਾਮਲਿਆਂ ਦਾ ਲਗਭਗ 81% ਰਿਪੋਰਟ ਦਰਜ ਕੀਤਾ ਗਿਆ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਾਲ 2022 ਦੇ ਦੌਰਾਨ ਭਾਰਤੀ ਦੰਡਾਵਲੀ ਅਤੇ ਅਨਸੂਚਿਤ ਜਾਤੀਆਂ ਅਤੇ ਅਨਸੂਚਿਤ ਜਨ ਜਾਤੀਆਂ ਅਤਿਆਚਾਰ ਰੋਕੂ ਐਕਟ ਦੇ ਤਹਿਤ ਅਨਸੂਚਿਤ ਜਾਤੀਆਂ ਦੇ ਮੈਂਬਰਾਂ ਦੇ ਵਿਰੁੱਧ ਅਤਿਆਚਾਰ ਦੇ ਅਪਰਾਧਾਂ ਨਾਲ ਜੁੜੇ ਕੁੱਲ ਮਾਮਲੇ 52866 ਦੇ ਵਿੱਚੋਂ 97.7% ਜੋ ਕਿ 51652 ਬਣਦੇ ਹੈ ਉਹ ਇਹ 13 ਸੂਬਿਆਂ ਦੇ ਵਿੱਚੋਂ ਸਾਹਮਣੇ ਆਇਆ ਹੈ ਇਸੇ ਤਰ੍ਹਾਂ ਐਸਟੀ ਦੇ ਵਿਰੋਧ ਅਤਿਆਚਾਰ ਦੇ ਜ਼ਿਆਦਾਤਰ ਮਾਮਲੇ 13 ਸੂਬਿਆਂ 'ਚ ਹੀ ਕੇਂਦਰਿਤ ਰਹੇ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਅਨਸੂਚਿਤ ਜਾਤੀਆਂ ਲਈ ਕਾਨੂੰਨ ਦੇ ਤਹਿਤ ਦਰਜ 9735 ਮਾਮਲਿਆਂ 'ਚੋਂ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ 2979 ਮਾਮਲੇ ਜਿਹੜੇ ਕਿ ਤਕਰੀਬਨ 1.530% ਤੋਂ ਜ਼ਿਆਦਾ ਬਣਦੇ ਹੈ 30.6 ਇੱਕ ਫੀਸਦੀ ਰਾਜਸਥਾਨ ਦੇ ਵਿੱਚ 2498 ਜਿਹੜੇ ਕਿ 25.66 ਫੀਸਦੀ ਤੇ ਇਹ ਦੂਸਰੇ ਸਥਾਨ ਤੇ ਰਾਜਸਥਾਨ ਹੈ ਉੜੀਸਾ ਦੇ ਵਿੱਚ 773 ਜਿਹੜੇ ਕਿ ਤਕਰੀਬਨ 8 ਫੀਸਦੀ ਮਾਮਲੇ ਦਰਜ ਹੋਏ ਨੇ ਮਹਾਰਾਸ਼ਟਰ ਦੇ ਵਿੱਚ 691 ਜਿਹੜੇ ਕਿ ਤਕਰੀਬਨ 7 ਫੀਸਦੀ ਤੋਂ ਵੱਧ ਨੇ 7.10 ਫੀਸਦੀ ਆਂਧਰਾ ਦੇ ਵਿੱਚ 492 5.13 ਫੀਸਦੀ ਰਿਪੋਰਟ ਦੇ ਵਿੱਚ ਐਕਟ ਦੇ ਤਹਿਤ ਜਾਂਚ ਅਤੇ ਚਾਰਾ ਸ਼ੀਟ ਦੀ ਸਥਿਤੀ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੋਈ ਹੈ ਅਨਸੂਚਿਤ ਜਾਤੀਆਂ ਨਾਲ ਸੰਬੰਧਿਤ ਮਾਮਲਿਆਂ 'ਚ 60.38% ਦੀ ਮਾਮਲੇ ਵਿਚ ਚਾਰਾ ਸ਼ੀਟ ਦਾਰ ਕੀਤੀ ਗਈ ਜਦਕਿ ਪੌਣੇ 115% ਦੀ ਮਾਮਲੇ 'ਚ ਝੂਠੇ ਦਾਅਵਿਆਂ ਜਾਂ ਸਬੂਤਾਂ ਦੀ ਘਾਟ ਕਾਰਨ ਉਹਨਾਂ ਦੇ ਜਿਹੜੀ ਰਿਪੋਰਟ ਸੀ ਉਹ ਦਾਇਰ ਨਹੀਂ ਕੀਤੀ ਗਈ ਸਾਲ 2022 ਦੇ ਅਖੀਰ ਤੱਕ 17166 ਮਾਮਲੇ ਦੀ ਜਾਂਚ ਲੰਬਤ ਪਈ ਸੀ ਸਮਿਖਿਆ ਅਧੀਨ ਮਿਆਦ ਦੇ ਅੰਤ ਤੇ ਅਨਸੂਚਿਤ ਕਬੀਲਿਆਂ ਦੇ ਵਿਰੁੱਧ ਅਤਿਆਚਾਰ ਦੇ 2702 ਮਾਮਲਿਆਂ ਦੀ ਹਾਲੇ ਵੀ ਦੱਸਿਆ ਗਿਆ ਕਿ ਜਾਂਚ ਚੱਲ ਰਹੀ ਹੈ। ਇਹਦੇ ਤੋਂ ਇਲਾਵਾ ਰਿਪੋਰਟ ਨੇ ਕਾਨੂੰਨ ਦੇ ਤਹਿਤ ਮਾਮਲਿਆਂ ਨਾਲ ਜਿੱਠਣ ਲਈ ਸਥਾਪਿਤ ਵਿਸ਼ੇਸ਼ ਅਦਾਲਤਾਂ ਦੀ ਨਾ ਕਾਫੀ ਗਿਣਤੀ ਵੱਲ ਵੀ ਇਸ਼ਾਰਾ ਕੀਤਾ ਹੈ। 14 ਸੂਬਿਆਂ ਦੇ 498 ਜ਼ਿਲ੍ਹਿਆਂ ਤੋਂ ਸਿਰਫ 194 ਜ਼ਿਲ੍ਹਿਆਂ 'ਚ ਵਿਸ਼ੇਸ਼ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਤਾਂ ਜੋ ਇਹਨਾਂ ਮਾਮਲਿਆਂ ਦੀ ਸੁਣਵਾਈ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਹੋਰ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਕਿਹੜੇ-ਕਿਹੜੇ ਸੂਬੇ 'ਚ ਲੋਕ ਇਹਨਾਂ ਨੀਵੀਂ ਦਾ ਉੱਚੀ ਜਾਤੀ ਦੇ ਲੋਕ ਆਪਸ ਦੇ ਵਿੱਚ ਕਿਵੇਂ ਲੜਦੇ ਝਗੜਦੇ ਅਤੇ ਕਿੰਨਾ ਉਹਨਾਂ ਤੇ ਅਤਿਆਚਾਰ ਤੇ ਤਸ਼ੱਦਦ ਕੀਤਾ ਜਾਂਦਾ ਹੈ। ਦੋਸਤੋ ਇਹ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ